ਰੱਖਿਆ ਇਹਨਾਂ ਨੇ ਸ਼ਗੜ ਭੁੰਜ ਗਿਆ ਲਾਲ ਟੀ ਵੀ ਲੱਗਦਾ ਇੱਕ ਆਤਰ ਪੱਲਿਆ ਕੀ ਲੱਗ ਗਿਆ ਓਏ ਉਹ ਕਿੱਥੋਂ ਪਤਾ ਲੁਕਣਾ ਸਾਡੇ ਸਾਲੇ ਪਿੰਡਾਂ ਵਾਲ ਨੀ ਭੇਜਦੇ ਐਸੀਆਂ ਚੀਜ਼ਾਂ ਉਹ ਲੈ ਸਿਆਣੇ ਬੜੇ ਬੇਇੱਜ਼ਤੀ ਹੋ ਜਾਣ ਉਹ ਚਾਹ ਰੋਕ ਕੇ ਲਿਆਈ ਕੋਈ ਨੀ ਕਿਤੇ ਨੀ ਕਾਹਲੀ ਹੈਗੀ ਆ ਜਾ ਕੱਢ ਲਾ ਕਿਤੋਂ ਚੱਲ ਜੁੱਤੀ ਮਾਰਦਿਆਂ ਉਹਨੇ ਭੰਨ ਹੋ ਜਾਣਾ ਕਿੱਥੇ ਭਰ ਹੁਣ ਆ ਬੱਲਿਆ ਕੁਛ ਬਸ ਉਹ ਟੀ ਵੀ ਚੱਲ ਪਿਆ ਆਪੇ ਮੈਂ ਗਿਆ ਕਿੱਥਾਂ ਚੱਲਣ ਡਿਆ ਤੂੰ ਉਹ ਮਾਰੀ ਮੰਨਦਾ ਨੀ ਗੱਲ ਕਹਿ ਕਸ ਤੂੰ ਮਾਲਕ ਆ ਤੇਰੀ ਸੁਣੀ ਮੈਨੂੰ ਲੱਗਦਾ ਬੱਲਿਆ ਮਾਰ ਮਾਰ ਦਬਕਾ ਉਹ ਤੇਰੀ ਨਹੀਂ ਸੁਣਦਾ ਮੇਰੀ ਨਹੀਂ ਸੁਣਦਾ ਮੇਰੀ ਨਹੀਂ ਸੁਣਦਾ ਬੱਲੇ ਮੇਰੀ ਫੈਮਿਲੀ ਲਾਰਾ ਨੀ ਹੈਗੀ ਹੁਣ ਲਾਰੇ ਨਾਲ ਸਭ ਲੱਭਣ ਡਿਆ ਮੈਨੂੰ ਸ਼ਰਮ ਨੀ ਆਉਂਦੀ ਇਸ ਉਮਰ ਕੀ ਕਰਦੇ ਪਏ ਬੱਲਿਆ ਗੱਲ ਸੁਣ ਹੁਣ ਮੈਂਟੀ ਨੂੰ ਨਾ ਆਖੀ ਪੁੱਛ ਦੇਖ ਪਿਆ ਬਜ਼ੁਰਗਾਂ ਵਾਲੀ ਗੱਲ ਤੇ ਤੈਨੂੰ ਸੌ ਨੁਸਖੇ ਦੇ ਜਾਣੇ ਆਪਾਂ ਬੈਠ ਤੂੰ ਲੱਗ ਗਿਆ ਜਾ ਹਾਂ ਕਿੱਡੀ ਕਿਤੇ ਗੱਲ ਇਹਨੂੰ ਬੰਦ ਕਰ ਲਾ ਮੈਂਟੀ ਕਿੱਥੋਂ ਹੁੰਦਾ ਦੱਸ ਦੇ ਕਿਤੇ ਰਾਤੇ ਬਰਾਤੇ ਬੰਦਾ ਲਾ ਬਹਿੰਦਾ ਪਤਾ ਹੋਵੇ ਕਿੱਥੋਂ ਬੰਦ ਹੁਣ ਅੱਠੂ ਹੋਏ ਜਾਏ ਨੇ ਜਿੱਥੋਂ ਲਾਇਆ ਨਾ ਉੱਥੇ ਬੰਦ ਹੁੰਦਾ ਹੁਣ ਮੈਨੂੰ ਪਤਾ ਲੱਗਿਆ ਤੁਹਾਡੇ ਪੈਰਾਂ 'ਚ ਬੋ ਕਿਉਂ ਆਉਂਦੀ ਕਿਉਂਕਿ ਤੁਹਾਡੇ ਦਿਮਾਗ 'ਚ ਗੰਦ ਆ ਦਿਮਾਗ 'ਚ ਗੰਦ ਇੱਥੋਂ ਹੁੰਦਾ ਹੈ ਨਾ ਪੈਰਾਂ ਥੋੜ੍ਹੀ ਜਰਾਬਾ ਤਾਂ ਨਹੀਂ ਬਾਹਰ ਆਉਂਦਾ ਬੰਦ ਕਰੋ ਇਹਨੂੰ ਸਾਲਾ ਪਿੰਡਾਂ 'ਚ ਤਾਂ ਐਸਾ ਕੋਈ ਗੰਦ ਨਹੀਂ ਦੇਖਿਆ ਗੰਦ ਵੜ ਕੇ ਦੀ ਗਿਆ ਇਹ ਨਹੀਂ ਸਮਝ ਲਾ ਗੱਲ ਕਿਤੇ ਨਹੀਂ ਹੋਊ ਚਾਹ ਦਾ ਕੀ ਆ ਜਰਾ ਹਿਸਾਬ ਕਿਤਾਬ ਚਾਹ ਨੀ ਮੈਨੂੰ ਲੱਗਦਾ ਤੁਸੀਂ ਹੋਰ ਕੁਛ ਵੇਖਣ ਆਏ ਵੇਖ ਲਓ ਪੁੱਤ ਜਿੱਥੇ ਚਾਹ ਉੱਥੇ ਰਾਹ ਫਿਰ ਕਹਿੰਦੇ ਹੀ ਹੁੰਦੇ ਆ ਮਾਮਾ ਜੀ ਹਾਂਜੀ ਇਹੋ ਜਿਹੀਆਂ ਗੱਲਾਂ ਆਪਣੀ ਭਾਂਜੀ ਨੂੰ ਵੀ ਸਿਖਾਓ ਨਾ ਮੇਰੀ ਸਵਾਗਤ ਪੂਰੀ ਹੋ ਜਾਏ ਇੱਦਾਂ ਦੀਆਂ ਗੱਲਾਂ ਹਤੀਆਂ ਤੇ ਆਣੀਆਂ ਨਾ ਥੋੜੀ ਹੁੰਦੀਆਂ ਤੈਨੂੰ ਸਮਝਾ ਕੇ ਜਾਵਾਂਗੇ ਸਭ ਕੁਛ ਐਵੇਂ ਨਹੀਂ ਅੱਠ ਨਿਆਣੇ ਆਪਦੇ ਅੱਠ ਨਿਆਣੇ ਹਲ ਬੱਲਿਆ ਪੂਰੇ ਸ਼ਰਮ ਨਹੀਂ ਆਈ ਸ਼ਰਮ ਕਰ ਜਾਂਦੇ ਤਾਂ ਫਿਰ ਕਿਤੇ ਉਹ ਲਾਰੇ ਲੂਰੇ ਵਾਲੀਆਂ ਗੱਲਾਂ ਨਹੀਂ ਸੀ ਰਹਿਣੀਆਂ ਮੈਂ ਇਹੀ ਤਾਂ ਕਹਿੰਦਾ ਜਨਾ ਤੁਹਾਡੇ ਅੱਠ ਨਿਆਣੇ ਮੇਰਾ ਟੱਬਰ ਨਾ ਵਧਣ ਦਿਓ ਇਹੀ ਦਿਮਾਗ 'ਚ ਆਪਣੇ ਉਹਦੀ ਪਾਉਣਾ ਭਾਂਜੀ ਦੇ ਉਹ ਮੈਂ ਆ ਗਿਆ ਟੈਨਸ਼ਨ ਨਾ ਲੈ ਦੇਖੀ ਟੱਬਰ ਵਧਦਾ ਤੁਸੀਂ ਨਹੀਂ ਪਾਉਣੇ ਨਹੀਂ ਨਹੀਂ ਕਹਿਣ ਦਾ ਮਤਲਬ ਮੈਂ ਥੱਕਾ ਤੈਨੂੰ ਚੀਜ਼ਾਂ ਦੱਸ ਕੇ ਜਾਣੀਆਂ ਉਹਦੇ ਦਿਮਾਗ 'ਚ ਪਾਓ ਨਿਆਣੇ ਮੇਰੇ ਹੋਣਗੇ ਅੱਛਾ ਉਹ ਮੈਂ ਸਮਝਾਵਾਂਗਾ ਮੰਨੇ ਕੀ ਗੱਲ ਆਪਦੀ ਆ ਕਿੱਡੀ ਕਿਤੇ ਗੱਲ ਮਾਮਾ ਜੀ ਮੈਂ ਮੰਗਾਉਣਾ ਜਾ ਮਿੰਟੀ ਆ ਲੈ 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 ਬੱਲਿਆ ਬੜੀਆਂ ਲੰਬੀਆਂ ਮੇਰਾ ਪੁੱਤ ਮੇਰੇ ਦੀਆਂ ਨਾ ਹੀ ਲਿਜਿਆ ਤੇ ਆ ਗਈਆਂ ਤੁਸੀਂ ਆ ਗਏ ਹੋ ਆ ਗਿਆ ਮੈਂ ਆ ਗਿਆ 15 ਮਿੰਟ ਵਾਵਾ ਗੁਫ਼ਤਗੂਆਂ ਹੋਈਆਂ ਸਾਡੀਆਂ ਆਲੂ ਮਾਮਾ ਜੀ ਚਾ ਤੁਸੀਂ ਮਿਲ ਲਿਓ ਮਾਮਾ ਜੀ ਨੂੰ ਮਿਲ ਲੈ ਮਾਮਾ ਜੀ ਨੂੰ ਆ ਤੇ ਫੜਾ ਦੇ ਡੋਬ ਕੇ ਹਲੋ ਮਾਮਾ ਜੀ ਹਲੋ ਕੁੜੀ ਉਹਦਾ ਸਿਆਣੀਆਂ ਤੂੰ ਆ ਤੁਸੀਂ ਬੜੇ ਸਿਆਣੇ ਹੋ ਦੱਸਾਂ ਤੁਹਾਡੀਆਂ ਸਿਆਣੀਆਂ ਗੱਲਾਂ ਇੱਕ ਮਿੰਟ ਬੱਲਿਆ ਮਾਮਾ ਜੀ ਸਿਲੰਸਰ ਟੱਕਾ ਲਾਓ ਆਪਣੇ ਇੱਕ ਵਾਰ ਗਠੜੀ ਚੱਕ ਲਾ ਇੱਥੋਂ ਕੱਪੜੇ ਸੁੱਚੇ ਪਏ ਵਿੱਚ ਸੋਫਾ ਨਵਾਂ ਲਿਆਂਦਾ ਪਾੜ ਦੇਣਾ ਤੁਸੀਂ ਮਾਮਾ ਜੀ ਧਿਆਨ ਨਾਲ ਚੰਗੀ ਤਰ੍ਹਾਂ ਬੈਠੋ ਡਿੱਗ ਪੈਣਾ ਬਿਸਕਟ ਵਿੱਚ ਗਿੱਲਾ ਕੀਤਾ ਮਾਮਾ ਜੀ ਦੱਸਾਂ ਫਿਰ ਮੈਂ 15 ਮਿੰਟ ਜਿਹੜੀ ਗੁਫ਼ਤਗੂ ਹੋਈ ਆਪਣੀ ਬੋਲਿਆ ਗੁੱਸੇ ਨਹੀਂ ਕਰੀ ਆਪਦਾ ਫਿਰ ਤੂੰ ਕਰ ਲਾ ਜਿਹੜੀ ਗੱਲ ਕਰਨੀ ਚਾਹ ਪੀਣ ਦੇ ਮੈਨੂੰ ਆ ਇਦਾਂ ਗੁੱਸਾ ਨਹੀਂ ਕਰੀ ਤੈਨੂੰ ਚੀਜ਼ਾਂ ਦੱਸਣੀਆਂ ਕੰਮ ਦੀਆਂ ਕਰੋ ਕਰੋ ਜੋ ਮਾਮਾ ਜੀ ਲਓ ਬਿਸਕੁਟ ਹੋਰ ਲਓ ਲੈ ਲੈਂਦੇ ਬਿਸਕੁਟ ਮਾਮੇ ਦੀ ਪਈ ਹੈ ਇੰਨੇ ਮਹੀਨੇ ਤਾਂ ਮੇਰਾ ਵਿਆਹ ਹੋਇਆ ਮੇਰੀ ਕੋਈ ਫਿਕਰ ਨਹੀਂ ਬੜਿਆ ਗੱਲ ਸੁਣ ਬੱਕਰੀ ਦਾ ਦੁੱਧ ਦੀ ਚਾਹ ਲੱਗਦੀ ਆ ਇੱਕ ਮਿੰਟ ਇਹ ਆਪਣੇ ਉਹ ਕੀ ਮੁੰਡੇ ਦਾ ਨਾਂ ਆ ਆਹ ਗੁਲਸ਼ਨ ਹਾਂ ਗੁਲਸ਼ਨ ਤੇ ਬੱਕਰੀ ਦੀ ਚਾਹ ਲੱਗਦੀ ਆ ਇਹ ਗੁਲਸ਼ਨ ਦੀ ਬੱਕਰੀ ਕਿੱਥੇ ਕਿੱਥੇ ਸਪਲਾਈ ਹੁੰਦੀ ਸਾਡੇ ਪਿੰਡ ਵੀ ਹੁੰਦੀ ਸੀ ਕਰੋ ਕਰੋ ਗੱਲ ਕਰੋ ਤੁਸੀਂ ਆ ਇੰਨੇ ਰਿਸ਼ਤੇਦਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਲੱਗਦਾ ਅੱਧਾ ਪੰਜਾਬ ਤੁਹਾਡੇ ਰਿਸ਼ਤੇਦਾਰਾਂ ਦਾ ਚਲੋ ਛੱਡੋ ਕਹਿੰਦੇ ਨੇ ਨਾ ਮਹਿਮਾਨ ਰੱਬ ਦਾ ਰੂਪ ਹੁੰਦਾ ਰੱਬ ਦਾ ਰੂਪ ਇਹ ਨਾਨਾ ਪਾਟੇਕਰ ਦਾ ਰੂਪ ਆ ਜਦੋਂ ਦਾ ਰੌਲਾ ਪਾਉਣ ਡਿਆ ਮੇਰਾ ਦਿਮਾਗ ਖਾਈ ਜਾਣ ਡਿਆ ਓਹੋ ਕੁਛ ਨਹੀਂ ਦਾ ਮੈਂ ਆਪੇ ਨਾਲ ਭੇਜ ਦੂੰਗੀ ਜਲਦੀ ਭੇਜ ਟਾਈਮ ਹੋਣ ਲੈ ਵੇ ਬਲਿਆ ਮਕਾਰਤੀਆਂ ਚਾਹ ਲੈ ਤੂੰ ਅੰਦਰ ਲੈ ਚੱਲ ਮੈਂ ਕਰਦਾ ਕੁਛ ਟਾਈਮ ਤਿਆਰ ਰਹੀ ਚੰਗਾ ਰਾਤ ਨੂੰ ਟਿਕਟ ਕੋਲੇ ਸ਼ੋ ਮੈਟਨੀ ਸ਼ੋ ਲੈ ਵੇ ਕੁੜੀਆ ਗੱਲ ਸੁਣ ਚਾਹ ਤੇ ਵਾਵਾ ਸਵਾਦ ਬਣਾਈ ਦਾ ਹਾਂਜੀ ਮਾਮਾ ਜੀ ਅੱਥਾ ਚ ਮੈਂ ਰੱਬ ਦਾ ਰੂਪ ਤੇਰੇ ਹਾਂ ਹੁਣ ਫੇ ਰੋਟੀ ਪਾਣੀ ਕੀ ਬਣ ਰਿਹਾ ਰਾਤੀ ਫੇ ਖਾਵਾਂਗੇ ਉਹੀ ਦਾ ਰੋਟੀ ਪਾਣੀ ਸੀ ਰਾਤੀ ਖਾਂਦੇ ਨਹੀਂ ਡਾਈਟਿੰਗ ਸਾਡੀ ਚੱਲਣ ਦੀ ਕੜਵਾ ਚੋਹ ਦੇ ਵਰਤ ਚੱਲਣ ਦੇ ਸਾਰਿਆਂ ਦੇ ਮਤਲਬ ਕਿੱਥੇ ਖਾਣੀ ਨਹੀਂ ਰੋਟੀ ਕਿਤੇ ਅੱਜ ਬੱਲਿਆ ਦਿਨ ਐਤਵਾਰ ਮੈਂ ਕਹਿੰਦਾ ਮੱਥਾ ਟੇਕਣ ਚੱਲਦੇ ਬਾਬੇ ਦੇ ਨਾਲ ਲੰਗਰ ਪ੍ਰਸ਼ਾਦਾ ਛਕ ਆਵਾਂਗੇ ਹਾਂਜੀ ਜਾਓ ਲੱਗ ਤਾਂ ਤੂੰ ਨਹੀਂ ਲਿਆਏਗਾ ਮੈਨੂੰ ਦੇਖ ਲਾ ਬੱਲਿਆ ਫਿਰ ਤੈਨੂੰ ਚੀਜ਼ਾਂ ਦੱਸਣੀਆਂ ਨੁਸਖੇ ਆਪਾਂ ਨਹੀਂ ਮਾਮਾ ਮੇਰੇ ਗੋਡੇ ਬੜੀ ਦਰਦ ਹੁੰਦੀ ਵੀ ਤੂੰ ਜਾ ਮੈਂ ਮਾਮੇ ਨੂੰ ਸਾਹਮਣੇ ਕੋਈ ਗੱਲ ਨਹੀਂ ਅੰਦਰ ਕੱਪ ਕੁੱਪ ਰੱਖੋ ਨਾ ਜਾ ਕੇ ਰਸੋਈ 'ਚ ਆਪਣਾ ਬੱਲਿਆ ਬਿਸਕਟ ਦੇ ਬੜੇ ਸਵਾਦ ਸੀਗੇ ਆ ਪਜਾਮਾ ਨਾਲੇ ਬੜ ਗਿਆ
ਹੋਰ ਦੱਸ ਫਿਰ ਕਿੱਦਾਂ ਰੋਟੀ ਪਾਣੀ ਦਾ ਕੀ ਇੰਤਜ਼ਾਮ ਆ ਫਿਰ? ਮਾਮਾ ਕੋਈ ਇੰਤਜ਼ਾਮ ਨਹੀਂ ਹੈਗਾ, ਤੁਹਾਨੂੰ ਦੱਸਿਆ ਨਾ ਸਾਡੇ ਘਰ 'ਚ ਨਾ ਅਸੀਂ ਇੱਕ ਟਾਈਮ ਰੋਟੀ ਖਾਈ ਦੀ ਨਹੀਂ, ਅੱਜ ਸਵੇਰੇ ਵੀ ਖਾਲੀ, ਦੁਪਹਿਰੇ ਵੀ ਖਾਲੀ, ਰਾਤ ਹੀ ਛੱਡ ਦੇਣੀ। ਅੱਛਾ ਅੱਜ ਚੱਲ ਕਿਤੇ ਨਹੀਂ ਬੱਲਿਆ, ਗੱਲ ਸੁਣ ਮੇਰੀ ਇੱਕ ਧਿਆਨ ਨਾਲ ਪੁੱਤਰਾ। ਹਾਂ ਵੇਖ ਲਾ ਬੇ, ਹੁਣ ਆਪਣੇ ਆ ਗੈਸ ਦਾ ਜੋ ਪ੍ਰਬੰਧ ਹੈ ਤੈਂ ਹੀ ਕਰਕੇ ਦੇਣਾ ਮੇਰਾ, ਮੈਨੂੰ ਪਤਾ ਕਿ ਤੂੰ ਮੇਰਾ ਲੱਗਦਾ ਆਪਣਾ ਭਾਣ ਜਵਾਈ, ਗੈਸ ਨੂੰ ਥੋੜੀ ਪਤਾ ਭਾਣ ਜਵਾਈ, ਉਹ ਤਾਂ ਆਪ ਬਚਦੀ ਸਿੱਧੀ। ਬਾਬਾ ਜੀ ਮੈਂ ਅੱਗੇ ਵੀ ਕਿਹਾ ਨਾ, ਉਹ ਤੇ ਨੈਚੁਰਲ ਆ, ਇਹਨੂੰ ਕਵਰ ਕਰੋ। ਅੱਛਾ ਠੀਕ ਆ, ਅੱਛਾ ਤੇ ਲੱਭ ਯਾਰ ਕੋਈ ਡਾਕਟਰ ਡੁਕਟਰ, ਫਿਰ ਤੈਨੂੰ ਨੁਸਖੇ ਆਪਾਂ ਵੀ ਦਈਏ। ਆ ਡਾਕਟਰ ਆ ਮਾਮਾ ਤੰਗ ਕਰੂਗਾ ਉਹਨੂੰ ਦਿਮਾਗ। ਮਾਮਾ ਇਹ ਡਾਕਟਰ ਉਹ ਆਪਣਾ ਇੱਥੇ ਨਾ ਮੁੰਡਾ ਰੱਖਿਆ ਸੀ ਪੇਇੰਗ ਗੈਸਟ, ਕਿਰਾਏਦਾਰ। ਉਹ ਕੀ ਹੁੰਦਾ ਜਿਹੜਾ ਗੈਸਟ ਕੀ ਕਹਿਣ ਡਿਆ ਨੇ? ਉਹ ਮਾਮਾ ਜੀ ਪੁੱਛ ਤੇ ਪਤਾ, ਚਮਕੀਲਾ ਚਮਕੂਲਾ ਸੁਣਦੇ ਰਹੀਦਾ ਟੇਪ ਰਿਕਾਰਡ। ਨਹੀਂ ਗੈਸਟ ਕੀ ਹੁੰਦੇ ਆ? ਉਹ ਯੋ ਯੋ ਟਾਈਪ ਹੈ ਉਹ ਮਾਡਰਨ ਮੁੰਡਾ ਡਾਕਟਰ ਆ। ਡਾਕਟਰ ਆਪਣੇ ਹੱਥ ਲੱਗ ਗਈ ਇੱਥੇ ਬਾਬਾ, ਇੱਥੇ ਰਹਿੰਦਾ ਵਾ ਘਰੇ। ਹਾਂਜੀ ਮਿੰਟੀ ਦੇ ਨਾਲ ਮੈਂ ਜੁੱਤੀ ਲਾ ਲੈਣੀ। ਮਿੰਟੀ ਦੇ ਨਾਲ ਨਹੀਂ ਰਹਿੰਦਾ, ਹਾਂ ਉੱਪਰਲੇ ਕਮਰੇ ਵੱਖਰੇ ਰਹਿੰਦਾ। ਦਾ ਬੋਲ ਨਾ ਮੈਨੂੰ ਸ਼ੱਕ ਪਵਾ, ਮੈਂ ਕਿਹਾ ਨਿਆਣਾ ਸੁਭਾਅ ਹੋਣਾ, ਜਨਾਨੀ ਕਿਸੇ ਹੋਰ ਨਾ ਰਹਿਣ ਦੀ। ਅੱਛਾ ਮਾਮਾ ਜੀ ਮੇਰੀ ਗੱਲ ਸੁਣੋ। ਆ ਬੋਲ, ਤੁਸੀਂ ਠੀਕ ਨਾ ਰਹਿੰਦੇ? ਹਾਂ ਮਾਮਾ ਜੀ, ਉਹ ਡਾਕਟਰ ਦੀ ਪ੍ਰੋਬਲਮ ਹੈ ਕਿ ਮੰਨਦਾ ਨਹੀਂ ਥੋੜੀ ਕੀਤੀ ਕਿਸੇ ਦੀ, ਜਿਹੜਾ ਮਰੀਜ਼ ਪਸੰਦ ਆਉਂਦਾ ਨਾ ਸਿਰਫ ਉਹਨੂੰ ਹੀ ਮੰਨਦਾ, ਪਰ ਮੰਨਦਾ ਹੀ ਨਹੀਂ ਕਿਸੇ ਦਾ ਇਲਾਜ ਨਹੀਂ ਕਰਦਾ। ਤੁਹਾਨੂੰ ਪਤਾ ਨਹੀਂ ਕੱਬਾ ਸੁਭਾਅ ਤੇਰੇ ਮਾਮੇ ਦਾ, ਹੈ ਨਾ ਪਤੰਦਰਾ, ਅਸੀਂ ਤੇ ਪੈਲੀ ਚ ਮੱਝ ਮਨਾਲੀ ਦੀ ਜੁੱਤੀ ਲਾ ਕੇ, ਹੈ ਤੇ ਤਾਂ ਫੇਰ ਵੀ ਬੰਦਾ ਆਉਣ ਦਾ ਦੀ ਮੈਂ ਬਣਾਉਂਦਾ ਰੇਲ। ਜੁੱਤੀ ਲਾਉਣ ਦੀ ਲੋੜ ਹੈ, ਜਰਾਬਾਂ ਖੋਲ ਦੇ ਮੰਨ ਜਾਣਾ ਉਹਨੇ। ਬੜਾ ਮਜ਼ਾਕੀਆ ਤੂੰ। ਉਹ ਬੱਲੇ ਭਾਜੀ ਗਏ ਨੀ ਤੁਸੀਂ ਫਿਲਮ ਵੇਖਣ ਜਾਣਾ ਸੀ ਕਿਤੇ? ਭਾਬੀ ਕਹਿੰਦੀ ਜਾਣਾ ਜਾਣਾ ਬਾਅਦ ਚ। ਸਤਿ ਸ੍ਰੀ ਅਕਾਲ ਬੱਲਿਆ। ਕੌਣ? ਇਹ ਮਾਮਾ ਜੀ ਨੇ, ਮਿੰਟੀ ਦੇ ਮਾਮਾ ਜੀ। ਅੱਛਾ ਅੱਛਾ ਮਾਮਾ ਜੀ, ਕੌਣ ਮੁੰਡਾ? ਇਹ ਮਾਮਾ ਜੀ ਉਹ ਜਿਹਦੇ ਬਾਰੇ ਮੈਂ ਹੁਣੇ ਦੱਸ ਰਿਹਾ ਸੀ, ਮਹਾਨ ਸ਼ਖਸੀਅਤ। ਅੱਛਾ ਬੱਲਿਆ, ਰੱਬ ਦਾ ਰੂਪ ਹੁੰਦਿਆ ਆਇਆ। ਨਹੀਂ ਰੱਬ ਦਾ ਰੂਪ ਤਾਂ ਠੀਕ ਹੈ, ਉਹਨੇ ਬੱਲਿਆ ਹਾਲੇ ਤਾਂ ਜਰਾਬਾ ਵਾਲਾ ਹੀ ਤੂੰ ਦੇਖਿਆ ਹਿਸਾਬ ਕਿਤਾਬ, ਸਾਡੇ ਵਾਲਾ ਕਿਤੇ ਵੇਖ ਲਿਆ ਨਾ ਹਿਸਾਬ ਕਿਤਾਬ, ਆਪਣੇ ਹਿਸਾਬ ਕਿਤਾਬ ਲਾਉਣ ਲੱਗ ਪਏ। ਇਹਨੇ ਅਜੇ ਆਰਟੀਫੀਸ਼ੀਅਲ ਵੇਖੀ ਹੈ, ਜੇ ਨੈਚੁਰਲ ਵੀ ਆਉਣੀ ਹੈ ਤਾਂ ਨੈਚੁਰਲ ਲੱਗਦੇ ਮਾਮਾ ਜੀ। ਤੁਸੀਂ ਬੈਠੋ, ਆਰਾਮ ਕਰੋ, ਮਾਮਾ ਜੀ ਨਾਲ ਡਿਸਕਸ ਕਰੋ। ਅੱਛਾ ਅੱਛਾ, ਪਿੰਡੋਂ ਆਏ ਮਾਮਾ ਜੀ? ਹਾਂਜੀ ਹਾਂਜੀ, ਪਿੰਡੋਂ ਆਏ ਆਪਾਂ, ਥੋੜੀ ਜਿਹੀ ਮਾਮਾ ਜੀ ਨਾਲ ਗੱਲਬਾਤ ਕਰੋ, ਬੋਰ ਨਾ ਹੋਣ। ਠੀਕ ਹੈ ਠੀਕ, ਕੋਈ ਗੱਲ ਨਹੀਂ ਬਾਈ ਟੈਨਸ਼ਨ। ਤੁਸੀਂ ਜਾਣਾ ਨਹੀਂ ਫਿਲਮ ਵੇਖਣ? ਜਾਣਾ ਤੁਸੀਂ ਫਿਲਮ ਦੇਖਣ? ਕਿੱਥੇ ਜਾਣਾ ਮੁੰਡੇ ਨੇ ਮਾਮਾ ਜੀ, ਮੈਂ ਵੈਸੇ ਮਜ਼ਾਕ ਕਰਦੇ ਆ, ਕਿੱਥੇ ਕਰੋ ਤੁਸੀਂ ਗੱਲਬਾਤ। ਹਾਂਜੀ, ਆਪਣੇ ਨਰੂੜ ਪਿੰਡ ਵਾਲਾ ਭਿੰਡੀ ਡਾਕਟਰ। ਕਿਹੜਾ ਕਿਹੜਾ? ਅਬਨੂਰ। ਤੁਸੀਂ ਬਨੂਰ ਤਾਂ ਜੇ? ਆਹੋ ਮੈਂ ਨਰੂੜ ਤਾਂ। ਹੋਰ ਮਾਮਾ ਜੀ? ਵਧੀਆ ਬੱਲਿਆ, ਤੂੰ ਸੁਣਾ ਕਿੱਡਾ ਹਾਲਾ ਕੀ? ਤਾਂ ਨਹੀਂ ਛੱਡਿਆ ਮਾਮਾ ਜੀ ਦੀ। ਬੱਲਿਆ ਪੁੱਛਣਾ, ਕਹਿੰਦਾ ਜਿੱਡਾ ਹੋਵੇ ਤੁਰਲਾ ਤੇ ਜਿੱਡੀ ਹੋਵੇ ਘਰ ਦੀ ਉੱਚੀ ਟੈਂਕੀ, ਬੰਦਾ ਤਾਂ ਓਡਾ ਹੀ ਰੋਬ ਹੁੰਦਾ ਬੱਲੇ ਤੁਹਾਡੇ। ਤੂੰ ਬੜਾ ਕੱਦ ਕਾਠ ਕੱਢਿਆ ਹੈ, ਲੰਕ ਲੰਕ ਕੇ ਡਾਕਟਰੀ ਕੀਤੀ ਲੱਗਦੀ ਆ। ਨਹੀਂ ਡਾਕਟਰੀ ਮਤਲਬ ਉਹ ਬਸ ਐਕਟਰ ਹੈ ਨਾ, ਤਾਂ ਕਰਕੇ ਸਵੇਰੇ ਸਵੇਰੇ ਜੋਗਿੰਗ ਵਗੈਰਾ ਕਰੀਦੀ ਆ। ਡਾਕਟਰ ਆ ਬੱਲਿਆ ਬੱਲਿਆ, ਕਿਆ ਹੀ ਬਾਤਾਂ ਤੇਰੀਆਂ। ਐਕਟਰ ਹੋਰ ਤੁਸੀਂ ਬੋਰ ਤਾਂ ਨਹੀਂ ਹੁੰਦੇ? ਬੋਰ ਬੱਲਿਆ, ਐਡਾ ਪਰਸੋਂ ਮੋਟਰ ਦਾ ਬੋਰ ਕਰਾਇਆ, ਬੋਰ ਕਰਾਇਆ ਤੇ ਬੱਲਿਆ ਜਿੱਦਾਂ ਹੀ ਮੋਟਰ ਭਰਾਈ ਆ ਥੱਲੇ ਖੂਹੀ ਦੇ ਵਿੱਚ, ਤਾਂ ਖਿੱਚ ਪੈ ਗਈ ਪਿੱਛੇ। ਮੈਂ ਕਹਿੰਦਾ ਅੱਛਾ ਰਸਾਲੀ ਅਧਰੋਂ ਵੇਖ ਜਿਹੜਾ ਆ ਕੇ ਅਧਰੋਂ ਅੱਡੀ ਖਿੱਚ ਪਈ ਆ, ਨਹੀਂ ਸਮਝ ਮੇਰੇ ਨਹੀਂ ਆਏ ਵੇ ਆ ਇੱਥੇ। ਨਹੀਂ ਨਹੀਂ ਅਧਰ ਨੂੰ ਇੱਥੇ, ਕੋਈ ਨੀ ਡਾਕਟਰ ਕੋਲ ਠੀਕ ਹੋ ਜੂਗੀ, ਕੋਈ ਚੱਕਰ ਨੀ, ਟੈਨਸ਼ਨ ਨੀ ਲੈਣੀ ਤੁਸੀਂ ਕਿਸੇ ਗੱਲ ਦੀ। ਬੱਲਿਆ ਤੇਰੇ ਹੁੰਦੇ ਆ ਕਾਹਦੀਆਂ ਟੈਨਸ਼ਨ, ਆ ਦੇਖੋ ਰੱਬ ਦਾ ਰੂਪ ਹੁੰਦੇ। ਬਸ ਤੁਸੀਂ ਨਾ ਪਰੇਸ਼ਾਨ ਨਹੀਂ ਹੋਣਾ, ਆਪਾਂ ਘੜੀ ਕੁ ਟੀਵੀ ਲਾ ਕੇ ਨਾ ਟੀਵੀ ਵੇਖਦੇ ਹਾਂ। ਨਹੀਂ ਬੱਲਿਆ ਹੱਲੇ ਨੀ, ਮੇਰੀ ਗੱਲ ਸੁਣੋ ਬੱਲਿਆ, ਟੀਵੀ ਨਾ ਲਾ, ਤੈਨੂੰ ਪਤਾ ਨਹੀਂ ਇੱਥੇ ਮੈਂ ਕਿੱਥੇ ਮੇਰੇ ਕੋਲ ਪ੍ਰੋਬਲਮਾਂ ਦੱਸ ਹੋਣੀਆਂ। ਅੱਛਾ ਬੱਲੇ ਇੱਦਾਂ ਵੇ ਤੇਰੇ ਆ ਇੱਥੇ ਮੈਨੂੰ ਥੋੜ੍ਹੀ ਗੈਸ ਦੀ ਪ੍ਰੋਬਲਮ ਆ, ਗੈਸ ਦਰਅਸਲ ਜਦ ਕਿਤੇ ਚੌਂਕੜੀ ਵੱਜ ਥੱਲੇ ਰੱਖੋ ਮਾਮਾ ਜੀ, ਪਤਾ ਉਹਨੇ ਜਰਾਬਾ ਵਾਲੀ ਨਹੀਂ ਸੀ ਇਹ। ਅੱਛਾ ਗੈਸ ਆ ਜਾਂਦੀ ਆਪੇ ਬਿਨਾਂ ਦੱਸੇ। ਓਹੋ ਅੱਛਾ ਠੀਕ ਹੈ, ਕੁਦਰਤੀ ਕੁਦਰਤੀ ਘੜੇਲ ਪੈਂਦੀ ਇੱਥੇ ਘੜੇਲ। ਖੈ ਆਪਣੇ ਨਰੂੜ ਪਿੰਡ ਵਾਲਾ ਭਿੰਡੀ ਡਾਕਟਰ। ਕਿਹੜਾ ਕਿਹੜਾ? ਅਬਨੂਰ। ਤੁਸੀਂ ਬਨੂਰ ਤਾਂ ਜੇ? ਆਹੋ ਮੈਂ ਮੇਰਾ ਲਾਗਲਾ ਨਿਕਲਿਆ ਮੇਰਾ ਤੂੰ ਨਰੂੜ ਤੋਂ, ਮੈਂ ਤਾਂ ਕਵਾਂ, ਮੈਂ ਕਿਹਾ ਵੀ ਮਾਮਾ ਜੀ ਕਿਤੇ ਵੇਖੇ ਲੱਗਦੇ ਜ਼ਰੂਰ। ਇੱਕ ਮਿੰਟ ਬੱਲਿਆ, ਇੱਧਰ ਮੜੰਗਾ ਕਰ, ਤੇਰਾ ਮੜੰਗਾ ਆਪਣੇ ਉਹ ਕੀ ਨਾਂ ਸੀ ਉਹਦਾ,
ਵੇਲੀ ਦਾ ਆ ਤੇਰਾ ਦਰਸ਼ਨ ਦਾ ਪੁੱਤ ਨਹੀਂ ਤੂੰ ਓਏ ਨਹੀਂ 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 ਦਰਸ਼ਨ ਨਹੀਂ ਸਾਡੇ ਗਵਾਂਢੀ ਨੇ ਮੈਂ ਜਗਤਾਰ ਸਿੰਘ ਦਾ ਬੇਟਾ ਜਗਤਾਰ ਆ ਲੈ 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 ਭਲੇਖਿਆ ਅਈਓ ਕਮਾ ਦਰਸ਼ਨ ਨਾ ਕਾਣੂ ਮੜੰਗਾ ਮਿਲਦਾ ਗਵਾਂਢੀ ਤੁਹਾਡਾ ਕਿਤੇ ਨਹੀਂ ਚੱਲ ਕਿਤੇ ਨਹੀਂ ਅੱਛਾ ਬੱਲਿਆ ਇੱਦਾਂ ਆ ਗੱਲ ਹਾਂਜੀ ਇੱਕ ਤਾਂ ਆਪਣੇ ਮੇਰੇ ਝੁੱਕ ਪਈਊ ਆ ਅੱਛਾ ਝੁੱਕ ਆ ਝੁੱਕ ਤੇ ਦੂਜਾ ਬੱਲਿਆ ਜਦੋਂ ਕਿਤੇ ਮੈਂ ਚੌਂਕੜੀ ਮਾਰਨ ਲੱਗਾ ਨਾ ਅੱਛਾ ਨਾਲ ਹੀ ਮੇਰਾ ਆਹ ਕੰਮ ਘੱਲੂ ਘਰ ਹੋ ਜਾਂਦਾ ਮਾਮਾ ਜੀ ਇਹ ਥੋੜਾ ਗਲਤ ਲੱਗਦਾ ਕੰਮ ਗੈਸ ਗੂਸ ਦੀ ਪ੍ਰੋਬਲਮ ਹੈ ਜਿਆਦੀ ਤੁਹਾਨੂੰ ਗੈਸ ਦੀ ਆ ਦੇਖ ਇਥੋਂ ਆ ਮੇਰਾ ਮੈਨੂੰ ਲੱਗਦਾ ਮੈਦਾ ਕਮਜ਼ੋਰ ਆ ਨਹੀਂ ਰਹਿ ਮੈਂ ਦੇਖ ਲਿਆ ਲਾ ਲਿਆ ਹਿਸਾਬ ਜਿੱਦਾਂ ਦਾ ਹਿਸਾਬ ਕਿਤਾਬ ਹੈ ਨਾ ਇਹ ਗੈਸ ਦੇ ਕਰਕੇ ਹੀ ਰੋਟੀ ਘੱਟ ਖਾਇਆ ਕਰੋ ਮਾਮਾ ਤਾਂ ਭਲਿਆ ਦੇਖ ਜਦੋਂ ਮੈਂ ਕਿਤੇ ਪਾਲਕ ਖਾ ਲਵਾਂ ਨਾ ਅੱਛਾ ਉਦੋਂ ਨਹਿਰੀਆਂ ਹੀ ਆ ਮੈਂ ਕਹਿੰਦਾ ਰਜਾਈ ਚ ਮੂੰਹ ਵਾੜਨ ਹੋਣੀ ਜੀ ਕਰਦਾ ਮੈਂ ਥੋੜਾ ਮੈਨੂੰ ਦੇ ਕੁਛ ਹਿਸਾਬ ਕਿਤਾਬ ਕਿੱਦਾਂ ਮਾਮਾ ਜੀ ਵੇਖੋ ਮੈਂ ਤੁਹਾਨੂੰ ਸਲਾਹ ਹੀ ਦੇ ਸਕਦਾ ਦਵਾਈ ਤੇ ਦੇ ਨਹੀਂ ਸਕਦਾ ਮੈਂ ਕਿਹੜਾ ਡਾਕਟਰ ਆ ਮੈਂ ਤੂੰ ਮੈਨੂੰ ਤੇ ਝੂਠ ਨਾ ਬੋਲ ਭਲਿਆ ਤੈਨੂੰ ਪਤਾ ਨਹੀਂ ਕੱਬਾ ਬੜਾਇਆ ਮੈਂ ਤੇਰੇ ਚਾਚੇ ਦੀ ਉਮਰ ਦਾ ਆ ਨਹੀਂ ਮੈਂ ਤੁਹਾਨੂੰ ਜੁੱਤੀ ਮੈਂ ਬੜੀ ਬੋਂਦਾ ਆਉਂਦਾ ਜੁੱਤੀ ਬਹੁਤ ਸੋਹਣੀ ਆ ਤੁਹਾਡੀ ਮੈਂ ਤੁਹਾਨੂੰ ਸਲਾਹ ਦੇ ਸਕਦਾ ਕਿ ਤੁਸੀਂ ਨਾ ਰੋਟੀ ਘੱਟ ਖਾਇਆ ਕਰੋ ਖਾਸ ਕਰ ਮੂਲੀ ਵਾਲੇ ਪਰੌਂਠੇ ਸਾਗ ਵਾਲੀਆਂ ਚੀਜ਼ਾਂ ਐਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਕਦੇ ਮੂਲੀ ਨਹੀਂ ਖਾਣੀ ਜਾਣੀ ਆਪਾਂ ਇਦਾਂ ਕਰਦੇ ਟੀਵੀ ਵੇਖਦੇ ਘੜੀ ਕੇ ਨਹੀਂ ਨਹੀਂ ਬੱਲਿਆ ਟੀਵੀ ਦੇਖਿਆ ਜਾਣਾ ਗੱਲ ਇਦਾਂ ਪਰਸੋਂ ਵੈੜੀ ਖਿੱਚਣ ਡੈ ਸੰਗਲ ਫੜ ਕੇ ਅੱਛਾ ਵੈੜ ਵੈੜ ਨਹੀਂ ਵੈੜੀ ਵੈੜੀ ਵੈੜ ਦੇ ਘਰ ਵਾਲੀ ਉਹਨੂੰ ਖਿੱਚਣ ਡੈ ਆ ਤੇ ਮੇਰੇ ਗੁੱਟ ਨੂੰ ਮਰੋੜ ਪੈ ਗਿਆ ਗੁੱਟ ਨੂੰ ਅੱਛਾ ਮਰੋੜ ਪਿਆ ਇਹ ਮੇਰਾ ਠੀਕ ਨਹੀਂ ਹੋਇਆ ਉਹਨੂੰ ਦੇਖ ਕਿਸੇ ਤਰੀਕੇ ਮਾਮਾ ਜੀ ਕੋਈ ਗੱਲ ਨਹੀਂ ਇਹਨੂੰ ਤੁਸੀਂ ਨਾ ਪੱਟੀ ਪੁੱਟੀ ਗਰਮ ਬੰਨੋ ਉੱਤੇ ਕੋਈ ਚੱਕਰ ਨਹੀਂ ਠੀਕ ਹੋ ਜਾਊਗਾ ਤੁਸੀਂ ਇਦਾਂ ਦੇ ਕੰਮ ਨਾ ਕਰਿਆ ਕਰੋ ਮੈਂ ਤੁਹਾਨੂੰ ਪੱਟੀ ਯਾਰ ਬੜਾ ਚੱਕਰ ਪਿਆ ਪਰਸੋਂ ਸ਼ਹਿਰ ਉਹ ਪੱਟੀ ਲਗਾਇਆ ਵੱਡਾ ਮੁੰਡਾ ਅੱਛਾ ਦਿੱਲੀ ਵਾਲਾ ਜਿਹੜਾ ਦਿੱਲੀ ਪੜ੍ਹਨੇ ਪਾਇਆ ਅੱਛਾ ਉਹ ਪੱਟੀ ਮੈਂ ਗਰਮ ਕਰਨ ਲੱਗਿਆ ਚੁੱਲ੍ਹੇ ਤੇ ਅੱਗ ਫੜ ਲਈ ਪੱਟੀ ਨੇ ਬੜਾ ਚੱਕਰ ਯਾਰ ਸਾਡੇ ਪਿੰਡਵਾਂ ਨੂੰ ਗਰਮ ਥੋੜਾ ਕਰੀਦੀ ਉੱਤੇ ਤਵਾ ਰੱਖ ਕੇ ਜਾਂ ਉਦਾਂ ਗਰਮ ਕਰੀ ਤੁਸੀਂ ਸਿੱਧੀ ਵਿੱਚ ਡਾਤੀ ਆ ਲੈ ਤੇ ਸਾਨੂੰ ਨਾ ਆ ਤਾਂ ਡਾਕਟਰ ਨੂੰ ਚਾਹੀਦਾ ਨਾ ਬੱਲਿਆ ਦੱਸਣ ਆ ਤੁਸੀਂ ਇਦਾਂ ਦੇ ਧਿਆਨ ਰੱਖਿਆ ਕਰੋ ਮਾਮਾ ਜੀ ਮਤਲਬ ਜਿਹੜੇ ਭਾਰੇ ਹੌਲੇ ਕੰਮ ਨਾ ਕਰਿਆ ਕਰੋ ਛੱਡੋ ਇਹਨਾਂ ਜਰਾਬਾਂ ਚੇਂਜ ਕਰ ਲਿਆ ਕਰੋ ਕਿਤੇ ਕਿਤਾਈ ਕੋਈ ਗੱਲ ਨਹੀਂ ਕੀ ਕਰਨੀਆਂ ਤੂੰ ਚੱਲ ਹੁਣ ਲਾ ਟੀਵੀ ਚਾ ਲਾਉਣਾ ਚੈਨਲ ਹੈਗਾ ਆਪਣੇ ਕੋਲ ਬਹੁਤ ਅੱਛਾ ਉਹ ਮੈਨੂੰ ਵੀ ਪਤਾ ਆ ਲਾ ਲਾ ਇਹਨਾਂ ਨੂੰ ਕਿਵੇਂ ਪਤਾ ਆ ਠੀਕ ਹੈ ਇਹ ਭਲਿਆ ਬਾਜਾ ਚੱਕਦੇ ਤਾਂ ਪਿੱਛੇ ਦੇਖ ਕਿਤੇ ਮਿੰਟੂ ਨਾ ਆ ਜਾਵੇ ਆ ਮਾਮਾ ਜੀ ਮਾਮਾ ਜੀ ਚੁੱਪ ਕਰ ਮਾਮੇ ਨੂੰ ਨਾ ਬਾਜਾ ਮਾਮਾ ਜੀ ਭਾਜੀ ਆ ਗਏ ਜੈਲਦਾਰ ਜੰਗ ਸਿੰਘ ਦੀ ਹਵੇਲੀ ਦੇ ਵਿੱਚ ਟੀਵੀ ਚਲੋ ਜੀ ਉਹਦੀ ਮਰਜ਼ੀ ਤੋਂ ਬਗੈਰ ਤੇ ਉੱਤੋਂ ਚੈਨਲ ਨੰਬਰ 32 ਬਲਿਆ ਬੱਤੀ ਲਾਇਆ ਬੱਤੀ ਲਾਇਆ ਮਾਮਾ ਜੀ ਥੋੜਾ ਹੁੰਦਾ ਕਹਿੰਦੇ ਮੈਂ ਕਿਹਾ ਖਬਰਾਂ ਖੁਬਰਾਂ ਸੁਣਾ ਦਿੰਦੇ ਮਾਮਾ ਜੀ ਮਾਮਾ ਪਾੜ ਦੇਣਾ ਤੇਰਾ ਪਜਾਮਾ ਨਾ ਬਲਿਆ ਆ ਕੰਮ ਨਾ ਕਰੀ ਬਈ ਆ ਗੱਲ ਝੂਠੀ ਰੋਕ ਲੈ ਮਾਮੀ ਤੇਰੀ ਕੁੱਟ ਭਾਜੀ ਪਜਾਮਾ ਬਲਿਆ ਮਾਮਾ ਮਿੰਟੀ ਭਾਬੀ ਦਾ ਮਾਮਾ ਜੀ ਨੇ ਮੈਂ ਸਮਝ ਗਿਆ ਸਾਰੀ ਗੱਲ ਅਟਾ ਬਲਿਆ ਗੱਲ ਸੁਣ ਤੂੰ ਬੱਲਾ ਮਾਮਾ ਜੀ ਇਹ ਉਹੀ ਮਾਮਾ ਨਾ ਨੇੜੇ ਨਹੀਂ ਜਾਣਾ ਜਿੰਨੇ ਮੇਰੀ ਬਿੱਲੋ ਦੇ ਨਾਲ ਪਾਣੀ ਮਾਰ ਕੇ ਮੇਰਾ ਰਿਸ਼ਤਾ ਛੜਵਾਇਆ ਸੀ ਬਿੱਲੋ ਦੇ ਨਾਲ ਅੱਜ ਵੇਲਾ ਆ ਗਿਆ ਬਦਲਾ ਲੈਣ ਦਾ ਅੱਜ ਮੈਂ ਐਸੀ ਐਸੀ ਜਗ੍ਹਾ ਤੇ ਡੰਡੇ ਮਾਰ ਕੇ ਜਗ੍ਹਾ ਸੁੰਨ ਕਰਾਂਗਾ ਜਿਹਦੇ ਕਰਕੇ ਤੂੰ ਜੈਲਦਾਰ ਜੰਗ ਸਿੰਘ ਦੀ ਹਵੇਲੀ ਦੇ ਵਿੱਚ ਦੁਰਗੰਧ ਫੈਲਾਈ ਨਹੀਂ ਨਹੀਂ ਬੱਲਿਆ ਗੱਲ ਸੁਣ ਮੇਰੀ ਦੇਖ ਓਏ ਤੂੰ ਮਾਮਾ ਨਾ ਬੋਲ ਮਿੰਟੂ ਭਾਜੀ ਐ ਮਾਮਾ ਜੀ ਓ ਬੱਲਿਆ ਮਾਮਾ ਤੇਰਾ ਬਨੂੜ ਵਾਲਾ ਤੂੰ ਸਿਰ ਪੜਵਾਏਗਾ ਜੈਲਦਾਰ ਜੰਗ ਸਿੰਘ ਨੇ ਅੱਜ ਸੁਣਨਾ ਨਹੀਂ ਅੱਜ ਕਰਨਾ ਏ ਹਾਂ ਮੈਨੂੰ ਪਤਾ ਜੈਲਦਾਰ ਕਿੰਨਾ ਕਾਬੂ ਕਰੀ ਪਾਸੇ ਹੋ ਪਿੰਡਾਂ ਚ ਅਹੀ ਕਰ ਬੱਲਿਆ ਗੱਲ ਸੁਣ ਇਧਰ ਆ ਮਾਮਾ ਜੀ ਚੁੱਪ ਕਰ ਛਾਲਾ ਮਾਮੇ ਦਾ ਹੈ ਬਹਿਣ ਆ ਇਧਰ ਆ ਗੱਲ ਸੁਣ ਉਹ ਦੱਸ ਨਾ ਲਾ ਉਹ ਡੋਗ ਨੂੰ ਕੀ ਗੱਲ ਇਹਨੂੰ ਤੇਲ ਲਾਇਆ ਤੂੰ ਨਹੀਂ ਮਾਮਾ ਜੀ ਇਹ ਮੇਰਾ ਤੁਹਾਨੂੰ ਪਤਾ ਨਹੀਂ ਹੈਗਾ ਮੈਨੂੰ ਸਭ ਪਤਾ ਇਧਰ ਆਓ ਤੁਸੀਂ ਮੈਨੂੰ ਲੈ ਜਾ ਮੈਂ ਲੈ ਕੇ ਜਾ ਰਿਹਾ ਜੀ ਫੇਰ ਨਾ ਕਹੀਂ ਬਸ ਮਾਮਾ ਜੀ ਆਓ ਚੱਲੀਏ ਤੁਸੀਂ ਡਾਂਗਾ ਮਾਰ ਕੇ ਸਾਰੇ ਸਰੀਰ ਦੇ ਵਿੱਚ ਮੋਰੀਆਂ ਕੱਢ ਕੇ ਗੈਸ ਬਾਹਰ ਕੱਢ ਦੇ ਨਹੀਂ ਬੱਲਿਆ ਆ ਗੱਲ ਕਵੇ ਆ ਗੱਲ ਝੂਠੀ ਆ ਤੇ ਘਰ ਛੱਡ ਕੇ ਬੇਇੱਜ਼ਤੀ ਵਾਲੀ ਅਸੀਂ ਚੱਲੇ ਪਿੰਡ ਨੂੰ ਜੈਲਦਾਰ ਜੰਗ ਸਿੰਘ ਚੱਲ ਬਾਹਰ ਤੇ ਉੱਤੇ ਚੱਲੇ ਉਹ ਮਾਮਾ ਜੀ ਇਧਰ ਆਓ ਮਾਮਾ ਜੀ ਮੇਰਾ ਤੁਹਾਨੂੰ ਨਹੀਂ ਪਤਾ ਇਧਰ ਆਓ ਤੁਸੀਂ ਸਾਲਾ ਕੈਸਾ ਘਰ ਵਾਲਾ ਰੱਖਿਆ ਕੁੜੀ ਸਾਡੀ ਨੇ ਆ ਮੈਂ ਨਾ ਮਾਮਾ ਜੀ ਵਾਸਤੇ ਰੋਟੀ ਬਣਾਵਾ ਆਈ ਮੈਂ ਹੁਣੇ ਆਈ ਗੱਲ ਸੁਣ ਮਾਮਾ ਜੀ ਵਾਸਤੇ ਰੋਟੀਆਂ ਬਣਾ ਮਾਮੇ ਦੀ ਰੋਟੀਆਂ ਦੀ ਫਿਕਰ ਪਈ ਜਿਹੜੀਆਂ ਮੈਂ ਰੋਟੀਆਂ ਸਿੱਖਣਾ ਚਾਹੁੰਦਾ ਉਹਦੀ ਫਿਕਰ ਨਾ ਕਰੀ ਤੂੰ ਛੱਡ ਤਿਆਰ ਹੋ ਗਿਆ ਕਿਆ ਅੱਜ ਪਹਿਲੀ ਵਾਰੀ ਭੁੱਲਣ ਦੀ ਬਿਮਾਰੀ ਦਾ ਫਾਇਦਾ ਆਇਆ ਚਲੋ ਮਾਮਾ ਗਿਆ ਤੇ ਸਹੀ ਹੁਣ ਕੈਸਾ ਗੈਸੀ ਮਾਮਾ ਕੋਈ ਗੱਲ ਨੀ
ਹੁਣ ਮੈਂ ਮਿੰਟੀ ਨੂੰ ਵਾਜ ਮਾਰ ਕੇ ਨਾ ਉਹਨਾਂ ਸਕੀਮ 'ਤੇ ਬਣਾਵਾਂ, ਫਿਲਮ ਜ਼ਰੂਰ ਵੇਖਣੀ, ਮਸਾਂ ਕਿਤੇ ਮਾਹੌਲ ਬਣਿਆ ਅੱਜ। ਮਿੰਟੀ ਆ ਜਾ, ਇੱਕ ਮਿੰਟ ਬਾਹਰ ਆ। ਸਮੈਲ ਕਾਹਦੇ ਆਉਂਦੀ ਪਈ ਆ? ਕੀ ਕੀਤਾ ਇੱਥੇ? ਮੈਂ ਕੁਛ ਨਹੀਂ ਕੀਤਾ, ਤੇਰੇ ਮਾਮੇ ਨੇ ਕੀਤਾ। ਮਾਮੇ ਨੇ ਕੀਤਾ? ਮਾਮਾ ਜੀ ਕਿੱਥੇ ਆ? ਉਹਨਾਂ ਨੇ ਘਰ ਦਾ ਟੈਂਪਰੇਚਰ ਵਧਾਤਾ ਸੀ, ਉਹਦੀ ਮੈਂ ਸੈਟਿੰਗ ਕਰਤੀ ਉਹਨਾਂ ਦੀ। ਸੈਟਿੰਗ ਕਰਤੀ? ਕੀ ਮਤਲਬ ਸੈਟਿੰਗ ਕਰਤੀ? ਮਤਲਬ ਉਹ ਅਜੀਬ ਕਿਸਮ ਦੀ ਘਰ 'ਚ ਬੈਟਿੰਗ ਕਰਦੇ ਪਏ ਸੀ, ਮੈਂ ਉਹਨਾਂ ਦੀ ਚੱਕ ਕੇ ਪੀਜੀ ਨਾਲ ਸੈਟਿੰਗ ਕਰਤੀ। ਪੀਜੀ ਨਾਲ ਸੈਟਿੰਗ ਕਰਤੀ? ਪੀਜੀ ਨਾਲ ਸੈਟਿੰਗ ਕਰਤੀ? ਤੈਨੂੰ ਮਾਮਾ ਜੀ ਮਾਮਾ ਜੀ ਮਾਮਾ ਜੀ ਦੀ ਪਈ ਹੈ? ਮੈਂ ਇੰਨੀ ਮੁਸ਼ਕਲ ਟਿਕਟਾਂ ਲੈ ਕੇ ਆਇਆ ਥੀਏਟਰ ਦੀਆਂ, ਸ਼ੋਅ ਵੇਖਣਾ ਸੀ ਰਾਤ ਤੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸ਼ੋਅ ਹੈ। 12 ਵਜੇ ਤੋਂ 3 ਵਜੇ ਤੱਕ? ਇਹ ਕਿਹੜਾ ਥੀਏਟਰ ਆ? ਸ਼ੀਲਾ ਥੀਏਟਰ? ਮੈਂ ਤਾਂ ਥੀਏਟਰ ਬੰਦ ਹੋ ਗਿਆ, ਫਿਲਮ ਲੱਗਦੀ ਨਹੀਂ ਉੱਥੇ। ਮੈਂ ਸਪੈਸ਼ਲ ਜ਼ਿਆਦਾ ਪੈਸੇ ਦੇ ਕੇ ਲਵਾਈ ਹੈ। ਮੈਂ ਕਿਹਾ ਨਹੀਂ, ਤੈਨੂੰ ਪਤਾ ਨਾ ਅਸੀਂ ਸਕੀਮ ਬਣਾਈ ਸੀ ਅੱਜ, ਹਾਂ ਹਾਂ ਮਿਲ ਗਈ ਟਿਕਟਾਂ, ਪ੍ਰੋਗਰਾਮ ਬਣਾਉਣਾ ਸੀ, ਬਣ ਗਿਆ ਪ੍ਰੋਗਰਾਮ, ਟਿਕਟਾਂ ਮਿਲ ਗਈਆਂ, ਬਸ ਤੂੰ ਦਰਵਾਜ਼ਾ ਬੰਦ ਕਰ ਜਲਦੀ। ਪਰ ਦਰਵਾਜ਼ਾ ਕਿਉਂ ਬੰਦ ਕਰਨਾ? ਘਰੇ ਤਾਂ ਉਹ ਹੈਗੇ ਆ। ਇਸੇ ਕਰਕੇ ਤੇ ਕਹਿ ਰਹੇ ਦਰਵਾਜ਼ਾ ਬੰਦ ਕਰ, ਉਹ ਤੇ ਰਸੋਈ 'ਚ ਸਿਰਫ ਇੱਕ ਸਬਜ਼ੀ ਸਾੜਦੀ ਹੈ ਨਾ, ਤੇਰਾ ਮਾਮਾ ਅੰਦਰ ਵੜ ਗਿਆ, ਪੂਰੀ ਦੀ ਪੂਰੀ ਰਸੋਈ ਸਾੜ ਦੇਣੀ ਉਹਨੇ। ਅੱਛਾ ਠੀਕ ਆ, ਮੈਂ ਨਾ ਮਾਮਾ ਜੀ ਵਾਸਤੇ ਰੋਟੀ ਬਣਾਵਾਂ, ਆਈ ਮੈਂ ਹੁਣੇ ਆਈ। ਗੱਲ ਸੁਣ, ਮਾਮਾ ਜੀ ਵਾਸਤੇ ਰੋਟੀਆਂ ਬਣਾ, ਮਾਮੇ ਦੀ ਰੋਟੀਆਂ ਦੀ ਫਿਕਰ ਪਈ ਹੈ, ਜਿਹੜੀਆਂ ਮੈਂ ਰੋਟੀਆਂ ਸਿੱਖਣਾ ਚਾਹੁੰਦਾ ਉਹਦੀ ਫਿਕਰ ਨਾ ਕਰੀ। ਤੂੰ ਛੱਡ, ਤਿਆਰ ਹੋ ਗਿਆ? ਤਿਆਰ? ਤਿਆਰ ਤੇ ਹੀ ਆ ਮੈਂ, ਵੇਖੋ ਸਵੇਰ ਦਾ ਤਿਆਰ ਹੋ ਕੇ ਬੈਠੀ ਆ। ਫਿਰ ਕਦੀ ਦੇਰ, ਚੱਲ ਫਿਰ। ਚਲੋ ਮੈਂਟ ਨਹੀਂ ਹੋ ਜਾ ਮਾਮਾ, ਨਾ ਬੱਲੇ ਆ ਗੱਲ ਸੁਣ। ਉਹ ਨਹੀਂ ਉਹ ਭਰਾਵਾ, ਓਏ ਇੱਕ ਮਿੰਟ ਮੈਂਟ ਯਾ, ਇੱਕ ਮਿੰਟ ਨਹੀਂ ਓਏ ਆ ਬੱਲੇ ਆ ਗੱਲ ਤੇ ਸੁਣ। ਆ ਵੇਖ ਕਾਦੀ ਨੇ ਕਿ ਇੱਕੋ ਪਿੰਡ ਦਾ ਮੇਰੀ ਜਰਾਬ ਤੇਰੀ ਰਜਾਈ ਤੇ ਰਾਜੇ ਕੱਢ ਦੇ, ਆ ਕੱਢ ਦੇ ਪੋਤਾ। ਮਾਮਾ ਇੱਕੋ ਪਿੰਡ ਦੇ ਤੇ ਗੱਲ ਠੀਕ ਹੈ, ਹੁਣ ਪਿੰਡ ਦੇ ਤੇ ਜਾਣ ਦੇ ਦਈਏ। ਲੈ ਬੱਲੇ ਆਇਆ ਨਹੀਂ ਕਰਦਾ ਬੱਲੇ, ਆ ਦੇ ਮੋਟ ਪਈ ਜਰਾਬ ਵਾਲੇ ਫੜਾ ਦੇ ਆ। ਲੈ ਆ ਲੈ 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 ਭਰਾਵਾ, ਤੂੰ ਐਵੇਂ ਗੁੱਸਾ ਨਹੀਂ ਕਰ, ਕਿੱਧਰ ਚੱਲੇ ਬੋਲਿਆ ਤੂੰ ਮੈਨੂੰ ਦੱਸ, ਅੱਧੀ ਰਾਤ ਚੱਕੀ ਡਾਂਗ ਪਤਾ ਨਹੀਂ ਕਿੱਥੇ ਚੱਲ। ਮਾਮਾ ਇੱਕ ਸਲਾਹ ਦੇਵਾਂ? ਹਾਂਜੀ। ਤੁਸੀਂ ਮੇਲਿਆਂ ਦੇ ਗੈਸੀ ਭਗਾਨੇ ਲਾਇਆ ਕਰੋ, ਬੜੀ ਕਮਾਈ ਹੋਣੀ। ਲੱਗਦਾ ਜੈਲਦਾਰ ਜੰਗ ਸਿੰਘ ਨੂੰ ਇੱਕ ਵਾਰੀ ਫੇਰ ਤੋਂ ਡਾਂਗ ਚੱਕਣੀ ਪੈਣੀ। ਚੱਕਣੀ ਪੈਣੀ ਭਾਜੀ, ਜੋ ਇਹਨੇ ਹਾਲ ਬਣਾਇਆ ਸੀ। ਮਾਮਾ ਮਾਰਦਾ, ਮਾਮਾ ਕੁੱਟਦਾ, ਆਪਰੇਟਰ ਚੁੱਪ ਚੁੱਪ। ਮਾਮਾ ਕੁੱਟਿਆ ਨਹੀਂ, ਮਾਮਾ ਸਾਫ ਕੀਤਾ। ਮੈਂ ਕੀ ਕਰਾਂ, ਹੋਰ ਕਰਾਂਗਾ। ਪਰ ਬੱਲਿਆ ਗੱਲ ਸੁਣ ਲੈ ਮੇਰੇ, ਕੁਦਰਤੀ ਆਪਦਾ ਫੈਲਾਏਗਾ? ਨਹੀਂ ਬੱਲਿਆ। ਗਲੋਬਲ ਵਾਰਮਿੰਗ ਵਧਾਏਗਾ? ਨਹੀਂ ਬੱਲਿਆ। ਮੇਰੀ ਜ਼ਿੰਦਗੀ 'ਚ ਘੜਖੋ ਪਾਏਗਾ? ਨਹੀਂ ਬੱਲਿਆ। ਤੂੰ ਪਾਇਆ ਏ? ਨਹੀਂ ਪਾਵਾਂਗਾ, ਨਹੀਂ ਪਾਵਾਂਗਾ, ਨਹੀਂ ਪਾਵਾਂਗਾ। ਮੈਨੂੰ ਕਰਨ ਦੇਗਾ ਜੋ ਮੈਂ ਕਰਨਾ ਚਾਹੁੰਦਾ? ਅੱਛਾ ਜਾਵਾਂ, ਇੱਕ ਮਿੰਟ ਗੱਲ ਸੁਣ ਮੇਰੀ ਬੱਲਿਆ, ਖਲੋ ਇੱਕ ਮਿੰਟ ਬੱਲਿਆ, ਤੁਸੀਂ ਜਾਓ ਘੁੰਮੀਆਂ ਕਰੋ, ਡਾਂਗ ਬੜਾ ਦੇ ਇੱਧਰ, ਆਨੰਦ ਮਾਣੋ ਜ਼ਿੰਦਗੀ ਦੇ ਬੱਲਿਆ। ਪੱਕਾ? ਮੈਂ ਕਿਹਾ ਸਦਾ ਸੁਹਾਗਣਾ ਰਵੋ, ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਨਜ਼ਰ ਕਰੇ, ਨਜ਼ਾਰੇ ਲਓ ਜ਼ਿੰਦਗੀ ਦੇ। ਭਾਜੀ ਇੱਕ ਮਿੰਟ, ਮੈਨੂੰ ਇਕੱਲੇ ਨੂੰ ਛੱਡ ਕੇ? ਓਏ 32 ਨੰਬਰ ਬੱਤੀ ਭਜਾ ਲਾਂਗੇ, 32 ਭਜਾ ਲਾਂਗੇ। ਚੱਲ ਚਾਚਾ ਜੀ, ਤੁਹਾਡੀ ਰੋਟੀ, ਰੋਟੀ ਦੀ ਪਈ ਹੈ ਬਹੁਤ ਧਿਆਨ ਚੜੀਆਂ ਮਾਮੇ ਨੂੰ, ਧਿਆਨ ਰੱਖਿਆ ਬੈਂਡ ਹੀ ਆ ਪਾਜੀ ਨੂੰ, ਰੋਟੀ ਦੀ ਪਈ ਆ, ਨਿਕਲ ਨਿਕਲ ਕੇ ਘਾਟਾ ਤੋਂਦੇ ਆ ਬਾਮੇ ਨੂੰ ਬੈਂਡ ਦੇ। ਉਹ ਚੱਲਦਾ ਭੱਠਾ ਮੇਰੇ ਕੋਲ ਛੱਡ ਕੇ ਕਿੱਥੇ ਤੇ ਸੋਣਾ, ਮੇਰੀ ਕੀ ਕਹਿਣ ਡਿਆ, ਮੈਂ ਨਾਸਾ ਪਾੜ ਦੇਣੀਆਂ ਤੇਰੀ ਡਾਂਗ ਮਾਰ ਕੇ, ਮੈਂ 32 ਨੰਬਰ ਲਾਉਂਦੇ ਆ। ਲੈ ਲੈ ਬੱਲਿਆ 32 ਨੰਬਰ ਲਾਉਂਦੇ, ਤੂੰ ਰਜਾਈ ਲੈ। ਕੀ ਕਿਹਾ? ਇਹ 32 ਨੰਬਰ ਤੂੰ ਹੀ ਨਾ ਕੁੱਟ ਪਵਾਏਗਾ, ਤਾਂ ਮਸ਼ਹੂਰੀਆਂ ਚੱਲਣੇ। ਉਹ ਚੱਲ ਪਿਆ ਈ ਪ੍ਰੋਗਰਾਮ ਬੱਲਿਆ, ਅਤੇ ਤਾਂ ਸ਼ਾਮੀ ਆਪਣੀਆਂ ਖਬਰਾਂ ਚੱਲਣ ਡਈਆਂ ਸੀ। ਇਹ ਬਦਲਦੇ ਰਹਿੰਦੇ ਕੰਮ, ਇਹ ਤਾਂ ਨਜ਼ਾਰੇ ਹੀ ਬੰਨ ਦਿੱਤੇ ਹੋਣਾ ਮਾਮਾ, ਉਹਨਾਂ ਨਜ਼ਾਰੇ ਬੰਨ ਤੇ ਵਾਲਾ ਤੂੰ ਨਾ ਕੁਛ ਕਰੀ। ਨਹੀਂ 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 ਬੱਲਿਆ, ਉਹ ਨਜ਼ਾਰੇ ਮਾਮਾ ਹਟ ਜਾ, ਨਹੀਂ ਨਹੀਂ ਇਹਨੂੰ ਵੇਖ ਲੈ, ਹਲੇ ਹਟ ਜਾਈ ਲੈਲਾ, ਉਹ ਰਹਿਣ ਦੇ, ਉਦਾਂ ਹੀ ਬੜਾ ਨਿੱਘ ਆਇਆ ਬੱਲਿਆ। ਨਿੱਘ ਤਾਂ ਮਾਮਾ ਤੇਰੇ 'ਚ ਅੱਗੇ ਬੜਾ, ਚੱਕ ਕੇ ਰੱਖ ਮਾੜਾ ਜਿਹਾ ਕੰਮ ਬੱਲਿਆ, ਇੰਨਾ ਤੇ ਰੌਲਾ ਉਹ ਨਹੀਂ ਪਾਉਣ ਡਿਆ ਜਿੰਨਾ ਤੈਨੂੰ ਭੈਣ ਦੀ ਆਦਤ ਪੈ ਗਈ ਹੈ ਇੱਦਾਂ ਦੀਆਂ ਚੀਜ਼ਾਂ ਵੇਖ। ਬੱਲਿਆ ਮੈਂ ਲਾਗੇ ਵੇਖ ਲਵਾਂ ਥੋੜ੍ਹਾ, ਕਿੱਥੋਂ ਆਇਸੋ ਲਾਗੇ ਮਾਮਾ, ਇੰਨਾ ਲਾਗੇ ਨਾ ਜਾ। ਉਹ ਬੱਲਿਆ ਕੋਈ ਏਦਾਂ ਦੀ ਚੀਜ਼ ਦੱਸ ਕਿ ਮੈਂ ਵੀ ਅੰਦਰ ਹੀ ਚਲਿਆ ਜਾਵਾਂ। ਹੈਗੀ ਆ ਕੀ ਫਾ ਲੈ ਲਾ ਅੰਬੇ, ਆਪਣੀ ਜਨਾਨੀ ਸਾਂਭੀ ਨਹੀਂ ਜਾਂਦੀ, ਲੋਕਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਆ। ਹੁਣ ਨਹੀਂ ਭੁੱਲ ਜਾ ਇਹਨੂੰ, ਕਿਉਂ? ਕਿਉਂਕਿ ਮੈਂ ਵੀ ਭੁੱਲਣ ਦੀ ਮਾਰੀ, ਤੂੰ ਵੀ ਇਹਨੂੰ ਭੁੱਲ ਜਾ, ਆਪਾਂ ਦੋਵੇਂ ਭੁੱਲ ਕੇ ਇੱਕ ਹੋ ਜਾਂਦੇ ਆ, ਅਸੀਂ ਦੋਵੇਂ ਇਕੱਲੇ ਹੋਈਏ, ਪਿਆਰ ਵਿੱਚ ਇਕੱਲੇ ਹੋਈਏ। ਮੈਂ ਹੈਗੀ ਆ ਨਾ ਤੁਹਾਨੂੰ ਯਾਦ ਕਰਾਉਣ ਨੂੰ ਸਭ ਕੁਝ, ਵਾਈਫ ਤੁਹਾਡੀ, ਤੁਹਾਡੀ ਵਾਈਫ ਹੈ ਭਾਜੀ, ਤੁਹਾਡੀ ਘਰ ਵਾਲੀ ਮਿੰਟੀ। ਇਹ ਸਮਾਰਟ ਹੋਣਾ ਗੁਨਾਹ ਹੈ, ਹੈ ਇਹਦਾ ਮਤਲਬ ਥੋੜੀ ਮੈਂ ਸਮਾਰਟ ਹੈਗਾ ਤੇ ਬਸ ਜਿਹੜਾ ਖੜਾ ਮੇਰੇ ਤੇ ਟਰਾਈ ਮਾਰਨੀ ਸ਼ੁਰੂ ਕਰ ਦੇ, ਪੁੱਤਰੀ ਇਦਾਂ ਨਹੀਂ ਕਹੀਦਾ ਹੁੰਦਾ।